ਸੁਪਨੇ ਨੂੰ ਮਿਟਾ ਲੱਗੇਗੀ ਜਿਹੜਾ ਉਹ ਕਹਿ ਰਹੇ ਨੇ ਕਿ ਅਸੀਂ ਇੱਥੇ ਨੌਕਰੀਆਂ ਪੈਦਾ ਕਰਾਂਗੇ ਹੁਣ ਸਾਡੇ ਨੌਜਵਾਨ ਵਿਦੇਸ਼ਾਂ 'ਚ ਨਹੀਂ ਜਾਣਗੇ ਵਿਦੇਸ਼ਾਂ 'ਚੋਂ ਅੰਗਰੇਜ਼ ਵੀ ਇੱਥੇ ਨੌਕਰੀਆਂ ਕਰਨ ਆਉਣਗੇ ਭਾਈ ਸਾਹਿਬ ਜੀ ਨੌਕਰੀਆਂ ਤੇ ਤਾਂ ਹੀ ਹੋਣਗੀਆਂ ਨਾ ਜੇ ਇੱਥੇ ਤੁਸੀਂ ਰੋਜ਼ਗਾਰ ਦੇ ਅਫਸਰ ਹੋਣਗੇ ਤੇ 18-18 ਮਹੀਨਿਆਂ ਤੋਂ ਜਿਹੜਾ ਪ੍ਰੋਜੈਕਟ ਜਿਹੜਾ ਉਹ ਫਸਿਆ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਸੁਪਰੀਮ ਕੋਰਟ ਨੇ ਵੀ ਤੋਂ ਤੱਕ ਕਿ ਹਾਈ ਕੋਰਟ ਨੇ ਵੀ ਕਈ ਵਾਰੀ ਫੈਸਲੇ ਦਿੱਤੇ ਰਹ ਜਾਂਦਾ ਵੀ ਇਹਨਾਂ ਦੇ ਉੱਤੇ ਕੋਈ ਅਸਰ ਹੀ ਨਹੀਂ ਆ। ਉਹਨਾਂ ਨੇ ਧਾਰ ਲਿਆ ਵੀ ਜਿਹੜਾ ਮਰਜ਼ੀ ਖਲੋਜੇ ਉਹਨੂੰ ਵੋਟ ਪਾਣਾ ਹੈ। ਪਰ ਇਹ ਤਾਂ ਪੂਰਾ ਹੀ ਕਮਾਚ ਲੱਗ ਪਏ ਨੇ। ਆਪਣੀਆਂ ਇਹ ਕਹਿੰਦੇ ਨੇ ਕਿ ਕੁਝ ਲੋਕ ਤਾਂ ਆਪਣੀ ਗਰੀਬੀ ਦੂਰ ਕਰਨ ਲੱਗ ਪਏ ਨੇ ਤੇ ਕਈਆਂ ਨੂੰ ਉਹ ਫਾਰਾ ਹੀ ਨਾ ਹੋ ਗਿਆ ਵੀ ਐਮਐਲਏ ਬਣ ਕੇ ਪਤਾ ਨਹੀਂ ਇਦਾਂ ਹੀ ਬਣੇ ਚੱਲਦੇ ਰਹਿਣਾ। ਦੇਖੋ ਕੋਲ ਇਹ ਚਾਹੇ ਉਹ ਖਨਨ ਮਾਫੀਆ ਹੋਵੇ, ਇਲੀਗਲ ਮਾਈਨਿੰਗ ਹੋਵੇ ਜਾਂ ਫਿਰ ਹੋਵੇ ਸ਼ਰਾਬ ਮਾਫੀਆ। ਇਹ ਬੇहद ਤਾਕਤਵਰ ਹੈ। ਸਰਕਾਰ ਕੋਈ ਵੀ ਆਂਦੀ ਹੈ ਇਹਨਾਂ ਦਾ ਉਹਨਾਂ ਦੇ ਨਾਲ ਗੱਠਜੋੜ ਹੋ ਜਾਂਦਾ। ਅੱਜ ਦਾ ਨਹੀਂ ਹੈ ਮਾਫੀਆ। ਉਹਨਾਂ ਇਹ ਕਹਿ ਰਹੇ ਸਰਕਾਰ ਨੂੰ ਇਹ ਮਾਫੀਆ ਚਲਾਉਂਦੇ ਨੇ ਅਭੀ ਮਾਨ ਸਾਹਿਬ ਵੀ ਅਸੀਂ ਭ੍ਰਸ਼ਟਾਚਾਰੀ ਫੜ ਲਏ ਉਹ 5 ਲੱਖ ਤੁਹਾਡੇ ਕੋਲ ਸ਼ਿਕਾਇਤਾਂ ਜੇ ਤੁਸੀਂ 480 ਕਿਸੀ ਬੰਦੇ ਫੜ ਲੇ ਤੇ ਕਿਹੜਾ ਤੀਰ ਮਾਰ ਲਿਆ ਦੇ ਠੀਕ ਹੈ ਤੁਸੀਂ ਪੁਰਾਣੇ ਜਿਹੜੇ ਮਨਿਸਟਰ ਨੇ ਜਿਹੜੇ ਠੱਗੀ ਠੋਰੀ ਕਰਦੇ ਸੀ ਉਹਨਾਂ ਨੂੰ ਫੜਿਆ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਉਹ ਪਰ ਲੋਕਾਂ ਨੂੰ ਰਾਹਤ ਦਿਓ ਲੋਕਾਂ ਨੇ ਕੀ ਲੈਣਾ ਹੈ ਲੋਕਾਂ ਨੇ ਮੰਨ ਲਓ ਕੱਲ ਤੁਸੀਂ ਜਾਂ ਮੈਂ ਘਰ ਬਣਾਣਾ ਹੈ ਸਾਨੂੰ ਰੇਤ ਸਸਤੀ ਚਾਹੀਦੀ ਹੈ ਪਰ ਰੇਤ ਜਿਹੜੀ ਪਹਿਲਾਂ 3000 ਰੁਪਏ ਸੈਂਕੜਾ ਮਿਲਦੀ ਸੀ ਉਹ ਸਾਡਾ ਕੈਮਰਾਮੈਨ ਹੈ ਉਹ ਕਹਿੰਦਾ ਮੈਂ ਘਰ ਬਣਾਉਣਾ ਕਹਿੰਦਾ ਭਾਜੀ ਰੇਤ ਨਹੀਂ ਜੇ ਮਿਲਦੀ 7000 ਨੂੰ ਸੈਂਕੜਾ ਨਹੀਂ ਮਿਲਦੀ ਤਾਂ ਮਾੜਾ ਬੰਦਾ ਜਾਏਗਾ ਕੀ ਦੇਖੀ ਪੰਜਾਬ ਦੀ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਲੈਸ ਕੈਮਰਾਸ ਲਗਵਾਏ ਜਾ ਰਹੇ ਨੇ ਤੇ ਇਹਦਾ ਇਹ ਨਾਲ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਪੱਤਾ ਤੱਕ ਨਹੀਂ ਹਿੱਲੇਗਾ ਜਦੋਂ ਇਹ ਕੈਮਰਾਸ ਲੱਗ ਜਾਣਗੇ ਤੇ ਤੁਹਾਨੂੰ ਕੀ ਲੱਗਦਾ ਕਿ ਇੰਨਾ ਕੈਮਰਾਸ ਦੇ ਲੱਗਣ ਨਾਲ ਕੀ ਗੈਂਗਸਟਰਵਾਦ ਔਰ ਇਹ ਸਭ ਚੀਜ਼ਾਂ ਜੋ ਖਬਰਾਂ ਬਾਹਰ ਆ ਰਹੀਆਂ ਨੇ ਕਾਫੀ ਟਾਈਮ ਤੋਂ ਕਿ ਉਹਨਾਂ ਦੇ ਕੋਈ ਲਗਾਮ ਲੱਗੇਗੀ ਪਤਾ ਥੋੜੀ ਕਿਹੜਾ ਕਿਹੜੀ ਬਰਕਾ ਨਾਲੇ ਫਿਰ ਉਹ ਕਿਹੜਾ 올림픽 ਦੇ ਜਿਹੜਾ ਬੰਦਾ ਵੀ ਥ्रो ਕੀਤੀ ਤੇ ਸਿਰਫ ਉਥੇ ਹੀ ਜਾਣੀ ਚੀਜ਼ ਮਤਲਬ ਇਸ ਕਰਕੇ ਸਾਰੇ ਦਾਅਵੇ ਲੋਕਾਂ ਨੂੰ ਅਸੀਂ ਤੇ ਚਾਹੁੰਦੇ ਆਂ ਵੀ ਲੋਕਾਂ ਨੂੰ ਮaaf ਕਰੋ ਮaaf ਕਰੋ ਸਾਨੂੰ ਵੀ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ ਉਹ ਐਮਐਲਏ ਇਹਨਾਂ ਦੀਆਂ ਗਲਤੀਆਂ ਸੁਖਵੀਰ ਬਾਦਲ ਕਹਿ ਚੁੱਕੇ ਨੇ ਵੀ ਹੋ ਸਕਦਾ ਮੈਂ ਗਲਤੀਆਂ ਕੀਤੀਆਂ ਹੋਣ ਪਰ ਗਲਤੀਆਂ ਨੂੰ ਸੁਧਾਰੋ ਦੋ ਹੀ ਐਮਪੀ ਨੇ ਇਹਨਾਂ ਦੇ ਵੀ ਤੁਸੀਂ ਲੋਕਾਂ ਦੀ ਗੱਲ ਕਰੋ ਪੰਜਾਬ ਨੂੰ ਕਿਵੇਂ ਉਭਾਰਨਾ ਹੈ ਠੀਕ ਹੈ ਜਿਹੜੇ ਕਾਰੋਬਾਰ ਤੁਸੀਂ ਚਲਾਏ ਆ ਉਹ ਚਲਾਈ ਜਾਓ ਅੱਗੋਂ ਹੀ ਅੱਗੋਂ ਹੀ ਸਰਕਾਰ ਲੋਕਾਂ ਦਾ ਵਿਸ਼ਵਾਸ ਜਿਹੜਾ ਬਹਾਲ ਕਰਨਾ ਉਹ ਬੜਾ ਇੰਪੋਰਟੈਂਟ ਹੈ ਕੋਲਿ ਜਦੋਂ ਇੱਕ ਵਾਰੀ ਵਿਸ਼ਵਾਸ ਘਾਤ ਹੁੰਦਾ ਨਾ ਲੋਕਾਂ ਨਾਲ ਤੇ ਲੋਕ ਵਿਸ਼ਵਾਸ ਕਰਨਾ ਬੰਦ ਕਰ ਦੇਣਾ ਫਿਰ ਤੇ ਫੇਰ ਰੱਬ ਹੀ ਰਾਖਾ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ ਤੁਸੀਂ ਸੋਨੇ ਦੇ ਵੀ ਬਣ ਜਾਓ ਨਾ ਤੇ ਲੋਕਾਂ ਘਰਾਂ ਦੇ ਚ ਤਾਂਬਾ ਮਿਕਸ ਕੀਤਾ ਹੋਣਾ ਅੱਜ ਇੱਕ ਗੱਲ ਨਮਸਕਾਰ ਸਾਡੇ ਵਿਸ਼ੇਸ਼ ਸ਼ੋਖ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਅਤਿਅੰਤ ਸਾਡੇ ਨਾਲ ਮੌਜੂਦ ਹਨ ਦੀਪਕ ਪੰਡਾਰੀ ਜੀ ਪੰਡਾਰੀ ਜੀ ਨਮਸਕਾਰ ਨਮਸਕਾਰ ਜੀ ਤੇ ਸਰ ਮੈਂ ਤੁਹਾਨੂੰ ਪੁੱਛਣਾ ਚਾਹਨੀ ਹੈ ਕਿ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਉਹ ਬਹੁਤ ਸਾਰੇ ਵੱਡੇ ਵੱਡੇ ਦਾਅਵੇ ਕਰਕੇ ਆਈ ਸੀ ਅਤੇ ਬਹੁਤ ਸਾਰੇ ਮੁੱਦੇ ਲੈ ਕੇ ਆਈ ਸੀ ਕਿ ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਖਰੇ ਉਤਰਾਂਗੇ ਲੇਕਿਨ ਹੁਣ ਆ ਰਿਹਾ ਹੈ ਕਿ ਇੱਕ ਪ੍ਰੋਜੈਕਟ ਹੈ ਜੋ ਕਿ 10000 ਕਰੋੜ ਦਾ ਕਿਹਾ ਜਾ ਰਿਹਾ ਹੈ ਤੇ ਜਿਹਨੂੰ ਇਹ ਵੀ ਕਿਹਾ ਜਾ ਰਿਹਾ ਕਿ ਉਸਨੂੰ ਅਫਸਰशाही ਨੇ ਫਸਾ ਲਿਆ ਹੈ ਇਹ ਮੁੱਦਾ ਕੀ ਹੈ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਉਦਯੋਗਪਤੀਆਂ ਨਾਲ ਮੁਲਾਕਾਤਾਂ ਕਰਦੇ ਨੇ ਦੂਸਰੀਆਂ ਸ਼ੀਟਾਂ 'ਚ ਵੀ ਜਾਂਦੇ ਨੇ ਉੱਤਰੀ ਪ੍ਰਦੇਸ਼ ਗਏ ਮਹਾਰਾਸ਼ਟਰ ਦੇ ਵਿੱਚ ਗਏ ਤੇ ਕਿਸ ਤਰ੍ਹਾਂ ਉੱਥੇ ਜਾ ਕੇ ਕਹਿ ਰਹੇ ਵੀ ਪੰਜਾਬ ਦੇ ਵਿੱਚ ਮਾਹੌਲ ਬੜਾ ਸੁਖਾਵਾਂ ਹੈ ਤੇ ਅਸੀਂ ਸਿੰਗਲ ਵਿੰਡੋ ਸਿਸਟਮ ਕਰਾਂਗੇ ਤਾਂ ਕਿ ਤੁਸੀਂ ਇੱਥੇ ਆਓ ਤੇ ਸਾਡੇ ਇੱਥੇ ਆ ਕੇ ਇਨਵੈਸਟ ਕਰੋ ਤਾਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ ਪਰ ਤੁਸੀਂ ਦੇਖੋ ਅਫਸਰ ਸ਼ਾਹੀ ਦਾ ਹਾਲ ਇੰਨਾ ਮਾੜਾ ਹੈ ਕਿ ਪ੍ਰੋਜੈਕਟ ਫਸਾਏ ਹੋਏ ਹਨ ਇਹ ਪ੍ਰੋਜੈਕਟ ਹੈਗਾ ਜਿਹਦੇ ਵਿੱਚ ਤੁਸੀਂ ਦੱਸਿਆ ਵੀ 10000 ਕਰੋੜ ਰੁਪਏ ਦਾ ਇਹ ਜੀਐਸਡਬਲਿਊ ਸਮੂਹ ਹੈ ਵਿਦਾਂਤਾ ਸਮੂਹ ਇਹ ਪੰਜਾਬ ਦੇ ਵਿੱਚ ਇੱਕ ਸੀਮਿੰਟ ਦਾ ਕਾਰਖਾਨਾ ਲਾਉਣਾ ਚਾਹੁੰਦੇ ਪਰ ਜਿਹੜੀ ਹੈ ਮਨਜ਼ੂਰੀ ਪਿਛਲੇ 18 ਮਹੀਨਿਆਂ ਤੋਂ ਨਹੀਂ ਦਿੱਤੀ ਜਾ ਰਹੀ ਇਹਨਾਂ ਨੂੰ ਹੁਣ ਇਹ ਵਿਦਾਂਤਾ ਸਮੂਹ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਪਲਾਂਟ ਜਿਹੜਾ ਨਾ ਟੀਐਸਪੀਐਲ ਨੂੰ ਕਹਿੰਦੇ ਆ 10000 ਕਰੋੜ ਰੁਪਏ ਦਾ ਇਹ ਇਨਵੈਸਟ ਕਰਨਾ ਚਾਹੁੰਦੇ ਤੁਸੀਂ ਦੇਖੋ ਜਿਹੜੀ ਸਟੇਟ ਦੇ ਵਿੱਚ ਜਾਂ ਜਿਹੜੇ ਜ਼ਿਲ੍ਹੇ ਦੇ ਵਿੱਚ 10000 ਕਰੋੜ ਰੁਪਏ ਇਨਵੈਸਟ ਹੁੰਦਾ ਹੈ ਉੱਥੋਂ ਦੇ ਆਸ-ਪਾਸ ਦੇ ਲੋਕ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਹੈ ਡਿਵੈਲਪਮੈਂਟ ਹੁੰਦੀ ਹੈ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਉਮੀਦ ਹੁੰਦੀ ਹੈ ਕਿ ਇੱਥੇ ਹੋਰ ਵੀ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਪਰ ਲਾਲ ਫੀਤਾ ਸ਼ਾਹੀ ਨੇ ਕੰਮ ਫਸਾਇਆ ਹੋਇਆ ਹੈ 10000 ਕਰੋੜ ਰੁਪਏ ਦਾ ਜਿਹੜਾ ਇਹਨਾਂ ਨੇ ਸੀਮੈਂਟ ਦਾ ਕਾਰਖਾਨਾ ਲਾਣਾ ਜਦੋਂ ਅਸੀਂ ਥਰਮਲ ਪਲਾਂਟ ਦੇ ਵਿੱਚ ਜਦੋਂ ਉੱਥੇ ਬਾਲਦੇ ਨਾ ਕੋਲਾ ਤੇ ਬਹੁਤ ਜਿਹੜੀ ਹੈ ਉਹ ਆਲੇ-ਦੁਆਲੇ ਉਹਦਾ ਵੀ ਬੜਾ ਪੋਲੂਸ਼ਨ ਹੁੰਦਾ ਉਹ ਜਿਹੜੀ ਰਾਖ ਹੁੰਦੀ ਹੈ ਨਾ ਲੋਕਾਂ ਦੇ ਘਰਾਂ 'ਚ ਜੇ ਸੀ ਕਈ ਵੀ ਚਿੱਟੇ ਕੱਪੜੇ ਕਾਲੇ ਹੋ ਜਾਂਦੇ ਆਲੇ-ਦੁਆਲੇ ਇਹਨਾਂ ਨੇ ਉੱਥੋਂ ਸੀਮਿੰਟ ਉਸ ਐਸ਼ ਤੋਂ ਸੀਮਿੰਟ ਬਣਾਉਣੀ ਹੈ ਉਹ ਇੱਕ ਪ੍ਰੋਜੈਕਟ ਲਿਆਣਾ ਲਾਉਣਾ ਚਾ ਰਹੇ ਨੇ ਉਹਦੀ ਇੱਕ ਪੂਰੀ ਦੀ ਪੂਰੀ ਇਹਨਾਂ ਦਾ ਹੈਗਾ ਮਾਨਸਾ ਦੇ ਵਿੱਚ ਇਹਨਾਂ ਦਾ ਬਜਲੀ ਘਰ ਹੈ ਜਿੱਥੇ ਇਹ ਸੀਮਿੰਟ ਦਾ ਪਲਾਂਟ ਇਹ ਲਾਉਣਾ ਚਾ ਰਹੇ ਨੇ ਤੇ ਇਹਨੂੰ ਲੈ ਕੇ ਹੁਣ ਦੇਖੋ ਜਦੋਂ ਅਫਸਰਾਂ ਨੇ ਫਸਾ ਲਿਆ ਉਹਨੇ ਵਿਚਾਰੇ ਕਰਨ ਤੇ ਕਰਨ ਕੀ ਕੋਰਟ ਹੀ ਸਹਾਰਾ ਰੰਦਾ ਇਹਨਾਂ ਨੇ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕੀਤੀ ਉਹਨਾਂ ਨੂੰ ਕਿਹਾ ਵੀ ਸਾਡੇ ਜਿਹੜਾ ਵੀ 18 ਮਹੀਨਿਆਂ ਚੋਂ ਅਸੀਂ ਫਸੇ ਆਂ ਵੀ ਤੁਸੀਂ ਕਿਰਪਾ ਕਰਕੇ ਸਾਡੇ ਤੇ ਮਿਹਰਬਾਨੀ ਕਰੋ ਤੇ ਜਿਹੜੇ ਅਫਸਰ ਜਾਂ ਸਰਕਾਰੀ ਜਿਹੜਾ ਕੰਮ ਰੋਕ ਰਹੀ ਏ ਉਹਨਾਂ ਨੂੰ ਪੁੱਛੋ ਤੇ ਸਹੀ ਵੀ ਸਾਡਾ ਕੰਮ ਕਿਉਂ ਰੋਕਿਆ ਵੀ ਸਾਡੀਆਂ ਜਿਹੜੀਆਂ ਕਮੀਆਂ ਹਨ ਉਹਨੂੰ ਦੂਰ ਕੀਤਾ ਜਾਵੇ ਵੈਸੇ ਅਫਸਰ ਸਾਹੀ ਦੀ ਜੇਬ ਜਦੋਂ ਤੱਕ ਗਰਮ ਨਾ ਨਾ ਹੋਵੇ ਉਦੋਂ ਤੱਕ ਤੇ ਕੌਲਨ ਕੋਈ ਕੰਮ ਨਹੀਂ ਹੁੰਦਾ ਪਈਏ ਨਹੀਂ ਉਹਨਾਂ ਲੱਗਣ ਤੇ ਫਿਰ ਕੰਮ ਹੁੰਦਾ ਅਗਲੇ ਵੀ ਕਿਹਦੇ ਹੋਣੇ 10000 ਕਰੋੜ ਉੱਪਰ ਦਾ ਪ੍ਰੋਜੈਕਟ ਦਾ ਤੁਸੀਂ ਲਾਣਾ ਸਾਨੂੰ ਕਿ ਮਿਲਿਆ ਕੋਈ 10% ਹਿੱਸਾ ਤੇ ਸਾਨੂੰ ਦਿਓ ਨਾ ਵੈਸੇ ਜਿੰਨੇ ਵੀ ਅਫਸਰ ਜਿੰਨੇ ਸਰਕਾਰੀ ਕੰਮ ਹੁੰਦੇ ਨਾ ਲੋਕਲ ਬਾਡੀ ਡਿਪਾਰਟਮੈਂਟ ਸਭ ਤੋਂ ਭ੍ਰਸ਼ਟ ਡਿਪਾਰਟਮੈਂਟ ਬਣਿਆ ਜਾਂਦਾ ਇੰਪਰੂਵਮੈਂਟ ਟਰਸਟ ਹੋ ਗਿਆ ਕੋਆਪਰੇਸ਼ਨ ਹੋ ਗਿਆ ਫਿਕਸਡ ਕਮਿਸ਼ਨ ਹੈ ਉਹਨਾਂ ਦੀ ਤੇ ਬੰਦੇ ਫਸਾ ਲੈਂਦੇ ਨੇ ਹੁਣ ਦੇਖੋ ਕਿ ਇਹਨਾਂ ਨੂੰ ਮਨਜ਼ੂਰੀ ਮਿਲਦੀ ਹੈ ਕਿ ਨਹੀਂ ਮਿਲਦੀ ਕਿ ਕਿ ਇਹ ਆਪਣਾ ਵਿਚਾਰੇ ਇਥੋਂ ਪ੍ਰੋਜੈਕਟ ਵਾਈਂਡ ਅਪ ਤੇ ਨਹੀਂ ਕਰ ਲੈਂਦੇ ਪਰ ਦੇਖੋ ਜੇ ਇਹ ਪ੍ਰੋਜੈਕਟ ਨਾ ਲੱਗਾ ਤੇ ਇੱਕ ਬੜਾ ਜਿਹੜਾ ਮੈਸੇਜ ਗਲਤ ਜਾਏਗਾ ਜੇ ਤੇ ਮਾਨ ਸਾਹਿਬ ਦੇ ਉਸ ਸੁਪਨੇ ਨੂੰ ਵੀ ਢਾ ਲੱਗੇਗੀ ਜਿਹੜਾ ਉਹ ਕਹਿ ਰਹੇ ਨੇ ਕਿ ਅਸੀਂ ਇੱਥੇ ਨੌਕਰੀਆਂ ਪੈਦਾ ਕਰਾਂਗੇ ਹੁਣ ਸਾਡੇ ਨੌਜਵਾਨ ਵਿਦੇਸ਼ਾਂ 'ਚ ਨਹੀਂ ਜਾਣਗੇ ਵਿਦੇਸ਼ਾਂ 'ਚੋਂ ਅੰਗਰੇਜ਼ ਵੀ ਇੱਥੇ ਨੌਕਰੀਆਂ ਕਰਨ ਆਉਣਗੇ ਉਹ ਭਾਈ ਸਾਹਿਬ ਦੀਆਂ ਨੌਕਰੀਆਂ ਤੇ ਤਾਂ ਹੀ ਹੋਣਗੀਆਂ ਨਾ ਜੇ ਇੱਥੇ ਤੁਸੀਂ ਰੋਜ਼ਗਾਰ ਦੇ ਅਫਸਰ ਹੋਣਗੇ ਦੇ 18-18 ਮਹੀਨਿਆਂ ਤੋਂ ਜਿਹੜਾ ਇਹ ਪ੍ਰੋਜੈਕਟ ਜਿਹੜਾ ਉਹ ਫਸਿਆ ਹੈ ਆਖਰਕਾਰ ਇਹ ਕਿਉਂ ਫਸਿਆ ਇਹ ਤਾਂ ਸਪਸ਼ਟ ਜਿਵੇਂ ਜਿਵੇਂ ਮੈਂ ਸਿੱਦੇ ਚਾਹਾਂਗੇ ਵੀ ਸਰਕਾਰ ਜਿਹੜੀ ਹੈ ਸਪਸ਼ਟ ਕਰੇ ਇਹ 10000 ਕਰੋੜ ਰੁਪਏ ਦਾ ਪ੍ਰੋਜੈਕਟ ਫਸਿਆ ਕਿਉਂ ਨਿੱਕੀ ਜੀ ਗੱਲ ਹੁੰਦੀ ਹੈ ਫਟ ਟਵੀਟ ਨਿੱਕੀ ਜੀ ਗੱਲ ਹੁੰਦੀ ਹੈ ਮਲਵਿੰਦਰ ਸਿੰਘ ਕੰਗ ਸਾਹਿਬ ਆ ਜਾਂਦੇ ਬਹਿ ਜਾਂਦੇ ਆ ਆਪਣੇ ਦਫ਼ਤਰ 'ਚ ਪ੍ਰੈਸ ਕਾਨਫਰੰਸ ਆਪਣੇ ਪੇਜ ਤੇ ਚਲਾਉਂਦੇ ਵੀ ਇਹਦੇ ਤੇ ਵੀ ਕੋਈ ਰੱਬ ਦਾ ਵਾਸਤਾ ਜੇ ਦੱਸੋ ਤੇ ਅਸੀਂ ਲੋਕਾਂ ਨੂੰ ਵੀ ਕੀ ਰੀਜ਼ਨ ਹੈ ਇਹ 2023 ਦੇ ਵਿੱਚ ਉਦੋਂ ਸ਼ਾਇਦ ਕਾਂਗਰਸ ਸਰਕਾਰ ਸੀਗੀ ਉਦੋਂ ਇਹ ਸਮਿਟ ਹੋਈ ਸੀਗੀ ਉਦੋਂ ਇਹ ਕੰਪਨੀ ਨੇ ਕਿਹਾ ਸੀ ਆਪਣਾ ਇੱਥੇ ਸੀ ਪ੍ਰੋਜੈਕਟ ਲਾਵਾਂਗੇ ਪਰ ਤੁਸੀਂ ਦੇਖੋ ਵੀ ਜਿਹੜੀ ਇਹ ਜਦੋਂ ਇਸ ਤਰ੍ਹਾਂ ਦਾ ਰਵਤੀਰਾ ਹੋਏਗਾ ਤੇ ਕੀ ਕਰਨਗੇ ਇਹਨਾਂ ਦਾ ਜਿਹੜਾ ਬਿਜਲੀ ਘਰਨਾ 1980 ਮੈਗਾਵਾਟ ਜਿਹੜੀ ਹੈ ਉੱਥੇ ਬੱਤੀ ਪੈਦਾ ਹੁੰਦੀ ਹੈ ਤੇ ਹੁਣ ਉਹ ਜਿਹੜੀ ਪਹਿਲੇ ਜਿਵੇਂ ਦੱਸਿਆ ਹੈ ਵੀ ਐਸ਼ ਰਾਖ ਜਿਹੜੀ ਹੈ ਉਹ ਯੂਜ਼ ਹੋਏਗੀ ਸੀਮੈਂਟ ਦਾ ਜਿਹੜਾ ਇੱਥੇ ਕਾਰਖਾਨਾ ਲੱਗੂਗਾ ਕਿ ਤੇ ਰੋਜ਼ਗਾਰ ਵੀ ਬਹੁਤ ਸਾਰੇ ਮਿਲਣਗੇ ਤੇ ਗੱਲ ਤੇ ਫੇਰ ਉਹੀ ਹੈ ਵੀ ਮੈਂ ਨਾ ਮੰਨੂ ਕੀ ਕਰ ਲੋਗੇ ਅਫਸਰ ਨੂੰ ਕਹਿੰਦਾ ਮੇਰਾ ਕੀ ਕਰ ਲੋਗੇ ਟਰਾਂਸਫਰ ਕਰ ਲੋਗੇ ਜੇ ਦੇਖੋ ਹੋ ਸਕਦਾ ਵੀ ਇਹਨਾਂ ਦੇ ਕੁਝ ਕੰਮ ਚ ਜਾਂ ਉਹਨਾਂ ਨੇ ਕੋ ਪਲਾਨ ਬਣਾਇਆ ਕੋ ਕਮੀ ਹੋਵੇ ਜੇ ਕਮੀ ਹੈ ਤੇ ਉਹਨਾਂ ਨੂੰ ਦੱਸੋ ਸਿੰਗਲ ਵਿੰਡੋ ਸਿਸਟਮ ਫਿਰ ਕਾਹਦਾ ਤੁਹਾਡਾ ਕਾਹਦੇ ਤੁਸੀਂ ਵੱਡੇ ਵੱਡੇ ਦਾਅਵੇ ਕਰਦੇ ਹੋ ਵੀ ਇਸੀ ਪੰਜਾਬ ਦੇ ਵਿੱਚ ਬਦਲਾਵ ਲੈ ਆਂਦਾ ਹੈ ਬਦਲਾਵ ਤੇ ਫਿਰ ਆਹ ਜੀ ਬਦਲਾਵ ਇਹੋ ਜਿਹਾ ਹੈ ਵੀ ਤੁਹਾਡੀ ਅਫਸਰਸ਼ਾਹੀ ਬੇਲਗਾਮ ਹੋ ਚੁੱਕੀ ਹੈ ਕੋਈ ਗੱਲ ਹੀ ਨਹੀਂ ਸੌਂਦੀ ਤੇ ਰਬੀ ਰੱਖਿਆ ਨਾ ਪੰਜਾਬ ਦਾ ਤੇ ਬਿਲਕੁਲ ਸਰ ਜੀ ਤੇ ਸਭ ਪੰਜਾਬ ਦੇ ਵਿੱਚ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਇਲੀਗਲ ਮਾਈਨਿੰਗ ਜਿਹੜੀ ਹੈ ਉਹ ਹਮੇਸ਼ਾ ਤੋਂ ਹੀ ਇੱਕ ਮੁੱਦਾ ਰਹੀ ਹੈ ਜੀ ਔਰ ਈਵਨ ਹੁਣ ਤਾਂ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਵੀ ਇਸ ਉੱਤੇ ਟਿੱਪਣੀ ਕੀਤੀ ਹੈ ਜੀ ਤੇ ਉਹਨਾਂ ਨੇ ਰੱਖਿਆ ਮੰਤਰਾਲੇ ਤੋਂ ਇਸ ਲਈ ਜਵਾਬ ਵੀ ਮੰਗਿਆ ਹੈ ਕੌਲਿੰਗ ਦੇਖੋ ਇਹ ਕੌੜਾ ਸੱਚ ਆ ਵੀ ਇਲੀਗਲ ਜਿਹੜੀ ਮਾਈਨਿੰਗ ਹੈ ਨਾ ਇਹ ਅਫਸਰਾਂ ਦੇ ਨਾਲ ਲੀਡਰਾਂ ਦਾ ਤੇ ਮਾਫੀਆ ਦਾ ਇੱਕ ਵੱਡਾ ਗੱਠ ਜੋੜ ਹੈ ਸਰਕਾਰ ਕੋਈ ਹੋਵੇ ਜਿਹੜੀ ਇਹਨਾਂ ਦਾ ਕੰਮ ਚੱਲਦਾ ਰਹਿੰਦਾ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਸਰਕਾਰ ਹੋਵੇ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਸੁਪਰੀਮ ਕੋਰਟ ਨੇ ਵੀ ਇੱਥੋਂ ਤੱਕ ਕਿ ਹਾਈ ਕੋਰਟ ਨੇ ਵੀ ਕਈ ਵਾਰੀ ਫੈਸਲੇ ਦਿੱਤੇ ਪਰ ਪੰਜਾਬ ਦਾ ਵੀ ਇਹਨਾਂ ਦੇ ਉੱਤੇ ਕੋਈ ਅਸਰ ਹੀ ਨਹੀਂ ਆ ਕਹਿੰਦੇ ਜਾਓ ਬੋਲਦੇ ਬੋਲਦੇ ਰਹੋ ਹੁਣ ਇੱਕ ਜਿਹੜੀ ਹੈ ਪਟੀਸ਼ਨ ਪਈ ਪੀਆਲ ਪਈ ਹੈ ਹਾਈ ਕੋਰਟ ਦੇ ਵਿੱਚ ਮਾਨਯੋਗ ਰਿਆਣਾ ਹਾਈ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਦੇ ਨੇ ਗੁਰਬੀਰ ਸਿੰਘ ਪੰਨੂ ਉਹਨਾਂ ਨੇ ਇਹ ਕਿ ਆ ਵੀ ਪਾਕਿਸਤਾਨ ਨਾਲ ਲੱਗਦੀ ਜਿਹੜੀ ਸੀਮਾ ਹੈ ਨਾ ਰਾਵੀ ਨਦੀ ਉਹਦੇ ਆਲੇ ਦੁਆਲੇ ਇਲੀਗਲ ਗਤੀਵਿਧੀਆਂ ਜਿਹੜੀਆਂ ਮਾਈਨਿੰਗ ਨੇ ਨਾ ਅਜੇ ਵੀ ਕੰਦੇ ਚੱਲੀ ਨੇ ਤੇ ਕਹਿੰਦੇ ਜਿਹਦੇ ਕਰਕੇ ਵੱਡੇ ਵੱਡੇ ਟੋਏ ਪੈ ਗਏ ਨੇ ਤੁਹਾਨੂੰ ਯਾਦ ਹੋਣਾ ਹੈ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਵੀ 81 ਪ੍ਰੈਸ ਕਾਨਫਰੰਸ ਦੇ ਵਿੱਚ ਸੈਨਾ ਇਹ ਕਹਿ ਚੁੱਕੀ ਹੈ ਸੈਨਾ ਦੇ ਅਧਿਕਾਰੀ ਇਹ ਕਹਿ ਚੁੱਕੇ ਨੇ ਵੀ ਆਲੇ ਦੁਆਲੇ ਇੰਨਾ ਖੰਨਣ ਹੋ ਚੁੱਕਾ ਹੈ 20 30 30 ਫੁੱਟ ਡੂੰਘੇ ਟੋਏ ਪੈ ਗਏ ਆ ਟਨਲਸ ਬਣਨ ਦਾ ਖਤਰਾ ਹੋ ਗਿਆ ਹੈ ਜੇ ਕੱਲ ਨੂੰ ਕੋਈ ਰੱਬ ਨਾ ਕਰੇ ਕੋਈ ਗਲਬਾਤ ਹੁੰਦੀ ਹੈ ਗਲਤ ਕੋਈ ਲੜਾਈ ਲੱਗਦੀ ਹੈ ਤੇ ਸਾਡੇ ਦੇ ਉਥੇ ਜਿਹੜੇ ਬੰਕਰ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਤੇ ਆਤਵਾਦੀ ਕਿੱਥੇ ਲੁਕ ਜਾਣ ਕਹਿੰਦੇ ਵੀ ਕੁਝ ਪਤਾ ਨਹੀਂ ਲੱਗ ਪਾਊਗਾ ਸਾਨੂੰ ਸਾਡੇ ਲਈ ਤੇ ਬਹੁਤ ਮੁਸ਼ਕਲ ਖੜੀ ਹੋ ਗਈ ਹੈ ਤੇ ਇੱਕ ਬੰਨੇ ਤੇ ਲੋਕਾਂ ਨੂੰ ਰੇਤ ਨਹੀਂ ਮਿਲਦੀ ਕਹਿੰਦੇ ਵੀ ਸਰਕਾਰ ਆਈ ਸੀ ਰੇਤ ਸਸਤੀ ਕਰ ਦੇਣਗੇ ਕੇਜੀਵਾਲ ਸਾਹਿਬ ਕਹਿੰਦੇ ਸੀ 20000 ਕਰੋੜ ਰੁਪਏ ਰੇਤ ਸੇ ਆਏਗਾ ਲੋਕੋ ਨੂੰ ਸਸਤੀ ਰੇਤ ਮਿਲੇਗੀ ਕੇਰੀਵਾਲ ਸਾਹਿਬ ਤੇ ਉਨਾਬ ਵੀ ਲੱਭਦੇ ਨਹੀਂ ਸਟੇਜ ਤੋਂ ਬੋਲਦੇ ਆਂ ਭਾਸ਼ਣ ਦੇ ਕੇ ਗਾਂ ਜਾਂਦੇ ਆ ਉਹ ਲੋਕਾਂ ਤੇ ਆਓ ਤੁਹਾਡੇ 92 ਰਤਨ ਲੋਕਾਂ ਨੇ ਇਸ ਕਰਕੇ ਥੋੜੀ ਜਿਤਾਇਆ ਅਨਮੋਲ ਦਾ ਤਨ ਵੀ ਤੁਸੀਂ ਵੀ ਕੋਈ 올림픽 ਜੋ ਗੋਲਡ ਮੈਡਲ ਜਿਤਾ ਹੈ ਲੋਕੀ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਕੋਲੋਂ ਤੰਗ ਹੀ ਨਾ ਹੋ ਗਈ ਸੀ ਕਈ ਵਾਰ-ਵਾਰ ਆਪਣੇ ਇਹਦੇ ਵਿੱਚ ਕਹਿ ਚੁੱਕੇ ਆਂ ਆਪਣੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਧਾਰ ਲਿਆ ਵੀ ਜਿਹੜਾ ਮਰਜ਼ੀ ਖਲੋਜੇ ਉਹਨੂੰ ਵੋਟ ਪਾਣਾ ਪਰ ਇਹ ਤਾਂ ਹੋ ਰਹੀ ਕਮਾਚ ਲੱਗ ਪਏ ਨੇ ਆਪਣੀਆਂ ਕਹਿੰਦੇ ਨੇ ਕਿ ਕੁਝ ਲੋਕ ਤੇ ਆਪਣੀ ਗਰੀਬੀ ਦੂਰ ਕਰਨ ਲੱਗ ਪਏ ਨੇ ਤੇ ਕਈਆਂ ਨੂੰ ਉਫਾਰਾ ਹੀ ਨਾ ਹੋ ਗਿਆ ਵੀ ਐਮ ਐਲ ਏ ਬਣ ਕੇ ਪਤਾ ਨਹੀਂ ਇਦਾਂ ਹੀ ਬਣੇ ਚੱਲਦੇ ਰਹਿਣਾ ਦੇਖੋ ਕੋਲਨ ਚਾਹੇ ਉਹ ਖਨਨ ਮਾਫੀਆ ਹੋਵੇ ਇਲੀਗਲ ਮਾਈਨਿੰਗ ਹੋਵੇ ਜਾਂ ਫਿਰ ਹੋਵੇ ਸ਼ਰਾਬ ਮਾਫੀਆ ਇਹ ਬੇਹਦ ਤਾਕਤਵਰ ਹੈ ਸਰਕਾਰ ਕੋਈ ਵੀ ਆਂਦੀ ਹੈ ਇਹਨਾਂ ਦਾ ਉਹਨਾਂ ਦੇ ਨਾਲ ਗੱਠਜੋੜ ਹੋ ਜਾਂਦਾ ਅੱਜ ਦਾ ਨਹੀਂ ਹੈ ਮਾਫੀਆ ਉਹਨੂੰ ਇਹ ਕਹਿ ਰਿਹਾ ਸਰਕਾਰ ਨੂੰ ਇਹ ਮਾਫੀਆ ਚਲਾਉਂਦੇ ਨੇ ਆਪਣੇ ਹਿਸਾਬ ਦੇ ਨਾਲ ਅਫਸਰਾਂ ਨੂੰ ਲਵਾਉਂਦੇ ਤੁਹਾਨੂੰ ਵੀ ਯਾਦ ਹੋਣਾ ਹਰਿਆਣਾ ਦੇ ਨੂੰ ਇਲਾਕਾ ਉੱਥੇ ਇੱਕ ਡੀ ਐਸ ਪੀ ਦੇ ਉੱਤੇ ਟਿੱਪਰ ਜੜਾਦਾ ਸੀ ਇਲੀਗਲ ਮਾਈਨਿੰਗ ਰੋਕਣ ਗਿਆ ਸੀਗਾ ਉਹ ਤੇ ਬਣਿਆ ਕੀ ਖਨਨ ਮਾਫੀਆ ਦੇ ਫਿਰ ਉੱਥੇ ਆਲੇ ਦੁਆਲੇ ਕਈ ਥਾਵਾਂ ਤੇ ਚੌਕੀਆਂ ਤੇ ਲਾਈਆਂ ਗਈਆਂ ਪਰ ਕਹਿੰਦੇ ਚੌਕੀਆਂ ਜਿਹੀ ਉਹ ਹੀ ਲੱਗਦਾ ਜਿਹੜਾ ਮਾਫੀਆ ਨੂੰ ਜਿਹੜਾ ਪਸੰਦ ਹੁੰਦਾ ਹੈ ਜਿਹੜਾ ਉਹਨਾਂ ਦੀ ਗੱਲ ਕਰਦਾ ਹੈ ਗੱਠ ਜੋੜ ਦੀ ਜਿਹੜੀ ਤੋੜਨ ਦੀ ਕੋਸ਼ਿਸ਼ ਤੇ ਕੀਤੀ ਗਈ ਪਰ ਨਾ ਸਰਕਾਰ ਕੋਈ ਵੀ ਹੋਵੇ ਇਹਨਾਂ ਦੀ ਤੂਤੀ ਬੋਲਦੀ ਹੈ ਸ਼ਰਾਬ ਮਾਫੀਆ ਭਾਵੇਂ ਸਰਕਾਰ ਜੋ ਮਰਜ਼ੀ ਕਹੀ ਜਾਏ ਬਈ ਅਸੀਂ ਦੀ ਸ਼ਰਾਬ ਤੁਹਾਡੀ ਸ਼ਰਾਬ ਕੋਈ ਨਕਲੀ ਥੋੜੀ ਵੇਚਣ ਦਾ ਜਿੱਥੋਂ ਮਰ ਇਹਨਾਂ ਨੇ ਆਪਣੇ ਸਿੰਡੀਕੇਟ ਬਣਾਏ ਇੱਥੇ ਪਿਓ ਵਾਲੇ ਵੀ ਤੁਹਾਨੂੰ ਕੋ ਪੁੱਛਣ ਵਾਲਾ ਨਹੀਂ ਹੈ ਤੁਹਾਡੀ ਏਜੰਸੀਆਂ ਕੀ ਕਰਨ ਦੀ ਹੈ ਸਰਕਾਰੀ ਅਫਸਰ ਉਹਨਾਂ ਨੂੰ ਸੁਰੱਖਿਆ ਦੇ ਰਹੇ ਨੇ ਵੀ ਜਾਓ ਲੋਕਾਂ ਨੂੰ ਲੁੱਟੀ ਜਾਓ ਤੇ ਕੁੱਟੀ ਜਾਓ ਵੀ ਕੋਈ ਰੱਬ ਦਾ ਵਾਸਤਾ ਆ ਜਾਏ ਜਮੀਨੀ ਹਕੀਕਤ ਤੇ ਆਓ ਨਹੀਂ ਤੇ ਬਦਲਾਵ ਤੇ ਤੁਹਾਡਾ ਵੀ ਲੋਕ ਲੰਬਨ ਲਾਪਣਗੇ ਤੁਹਾਡਾ ਬਦਲ ਜਿੱਦਾਂ ਤੁਸੀਂ ਬਦਲਾਅ ਦੇ ਨਾਂ ਤੇ ਆਏ ਕੋਈ ਹੋਰ ਨਾਰਾ ਦੇਗਾ ਫਿਰ ਉਹ ਆਜੂਗਾ ਰੱਬ ਦਾ ਵਾਸਤਾ ਜੇ ਇਸ ਮਾਫੀਆ ਨੂੰ ਤੋੜੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਸੀਂ ਠੀਕ ਹੈ ਕੋਸ਼ਿਸ਼ ਤਾਂ ਕਰ ਰਹੇ ਹੋ ਪਰ ਤੁਹਾਡੇ ਇਸ ਕੋਸ਼ਿਸ਼ਾਂ ਨੂੰ ਇਸ sire ਨਹੀਂ ਚੜਨ ਦੇ ਰਹੇ ਜਿਹੜੇ ਸੱਤਾ ਦੇ ਵਿੱਚ ਬੈਠੇ ਨੇ ਜਿਹੜੇ ਕਿ ਵੱਡੇ ਵੱਡੇ ਮਹਾਦੀਸ਼ ਨੇ ਅਸੀਂ ਪਹਿਲੇ ਕਹਿ ਚੁੱਕੇ ਆਂ ਵੀ ਸਰਕਾਰ ਤੁਸੀਂ ਲੋਕ ਨਹੀਂ ਚਲਾਉਂਦੇ ਸਰਕਾਰ ਇਹ ਅਫਸਰशाही ਚਲਾਉਂਦੀ ਹੈ ਜਿਹੜੀ ਮਲਾਈਦਾਰ ਪੋਸਟਾਂ ਤੇ ਬੈਤੀ ਹੋਈ ਹੈ ਹੁਣ ਤੁਸੀਂ ਦੇਖੋ ਤਰਨਤਾਰਨ ਦੇ ਵਿੱਚ ਇੱਕ ਐਸਐਸਪੀ ਗੁਰਮੀਤ ਸਿੰਘ ਚੋਹਾਨ ਕਿਦਾਂ ਐਮਐਲਏ ਦਾ ਜਿਹਨੂੰ ਉਹਨਾਂ ਦੇ ਦਮਾਦ ਜਿਹੜੇ ਜੀਜਾ ਸਾਹਿਬ ਨੇ ਐਮਐਲਏ ਮਨਵਿੰਦਰ ਸਿੰਘ ਕੰਗ ਦੇ ਮਾਫ ਕਰਨਾ ਮਨਜਿੰਦਰ ਸਿੰਘ ਲਾਲਪੁਰਾ ਦੇ ਉਹਨਾਂ ਦੇ ਤੇ ਕਿਸ ਤਰ੍ਹਾਂ ਗੁਰਮੀਤ ਸਿੰਘ ਚੋਹਾਨ ਨੂੰ ਕਿਹਾ ਗਿਆ ਸੀ ਸੋਸ਼ਲ ਮੀਡੀਆ ਤੇ ਵੀ ਤੂੰ ਆਪਣੀ ਲਾਦੇ ਵਰਦੀ ਤੇ ਮੈਂ ਵੀ ਲਾ ਕੇ ਆਨ ਪਾਸੇ ਆ ਕੇ ਆ ਰਾ ਵੇਖ ਲੂੰਗਾ ਮੈਂ ਤੈਨੂੰ ਤੇ ਫਿਰ ਹੋਇਆ ਕੀ ਤਬਾਦਲਾ ਤਾਂ ਫਿਰ ਐਸਐਸਪੀ ਦਾ ਹੋਇਆ ਨਾ ਤੇ ਦਾ ਮਤਲਬ ਮਾਫੀਆ ਕਿਹੜਾ ਤਾਕਤਵਰਿਆ ਰੇਤ ਮਾਫੀਆ ਕਿ ਆਈਪੀਐਸ ਅਫਸਰ ਜੇ ਉਹ ਕੰਮ ਕਰਨ ਰੋਕ ਨਹੀਂ ਕਰਦੇ ਤੇ ਲੋਕਾਂ ਕੋ ਗਾਲਾਂ ਖਾਂਦੇ ਆ ਜੇ ਕਰਦੇ ਨੇ ਤੇ ਸਰਕਾਰ ਉਹਨਾਂ ਨੂੰ ਬਦਲਦੀ ਤੇ ਮਾਨ ਸਾਹਿਬ ਨੇ ਤੇ ਸਪਸ਼ਟੀਕਰਨ ਨਹੀਂ ਦਿੱਤਾ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਮਾਈਨਿੰਗ ਮਾਫੀਆ ਹੋਵੇ ਚਾਹੇ ਸ਼ਰਾਬ ਮਾਫੀਆ ਹੋਵੇ ਕੋਲਿੰਨ ਇਹਨਾਂ ਦਾ ਇੱਕ ਕਮਾਈ ਦਾ ਇੱਕ ਹਿੱਸਾ ਜਿਹੜਾ ਵੱਡਾ ਅਫਸਰਾਂ ਨੂੰ ਤੇ ਜਿਹੜੇ ਸਰਕਾਰ ਦੇ ਵਿੱਚ ਬੈਠੇ ਐ ਲੋਕ ਉਹਨਾਂ ਨੂੰ ਪਹੁੰਚਦਾ ਨਹੀਂ ਤੇ ਕਿਹੜਾ ਕੰਮ ਨਹੀਂ ਰੋਕ ਸਕਦਾ ਗੱਲਾਂ ਤੇ ਬੜੀਆਂ-ਬੜੀਆਂ ਕਰਦੇ ਨੇ ਵੀ ਅਸੀਂ ਐਂ ਕਰਦੇ ਆਂਗੇ ਤੇ ਵੀ ਮਾਨ ਸਾਹਿਬ ਵੀ ਅਸੀਂ ਭ੍ਰਿਸ਼ਟਾਚਾਰੀ ਫੜ ਲੇ ਉਹ 5 ਲੱਖ ਤੁਹਾਡੇ ਕੋਲ ਕੀ ਕਹਤਾ ਜੇ ਤੁਸੀਂ 480 ਕਿ ਐਸੀ ਬੰਦੇ ਫੜ ਲੇ ਤੇ ਕਿਹੜਾ ਤੀਰ ਮਾਰ ਲਿਆ ਦੇ ਠੀਕ ਹੈ ਤੁਸੀਂ ਪੁਰਾਣੇ ਜਿਹੜੇ ਮਨਿਸਟਰ ਨੇ ਜਿਹੜੇ ਠੱਗੀ ਠੋਰੀ ਕਰਦੇ ਸੀ ਉਹਨਾਂ ਨੂੰ ਫੜਿਆ ਇੱਕ ਐਗਜ਼ਾਮਪਲ ਸੈਟ ਕੀਤੀ ਹੈ ਉਹ ਪਰ ਲੋਕਾਂ ਨੂੰ ਰਾਹਤ ਦਿਓ ਲੋਕਾਂ ਨੇ ਕੀ ਲੈਣਾ ਹੈ ਲੋਕਾਂ ਨੇ ਮੰਨ ਲਓ ਕਾਲਿੰ ਤੁਸੀਂ ਜਾਂ ਮੈਂ ਘਰ ਬਣਾਣਾ ਹੈ ਸਾਨੂੰ ਰੇਤ ਸਸਤੀ ਚਾਹੀਦੀ ਹੈ ਪਰ ਰੇਤ ਜਿਹੜੀ ਪਹਿਲਾਂ 3000 ਰੁਪਏ ਸੈਂਕੜਾ ਮਿਲਦੀ ਸੀ ਉਹ ਸਾਡਾ ਕੈਮਰਾਮੈਨ ਹੈ ਉਹ ਕਹਿੰਦਾ ਮੈਂ ਘਰ ਬਣਾਣਾ ਕਹਿੰਦਾ ਭਾਜੀ ਰੇਤ ਨਹੀਂ ਜੇ ਮਿਲਦੀ 7000 ਨੂੰ ਸੈਂਕੜਾ ਨਹੀਂ ਮਿਲਦੀ ਤਾਂ ਮਾੜਾ ਬੰਦਾ ਜਾਏਗਾ ਕੀ ਕਰੇਗਾ ਕੀ ਹੁਣ ਇਹ ਜਿਹੜਾ ਮਾਫੀਆ ਦਾ ਇਤਿਹਾਸ ਹੈ ਨਾ ਕਾਲਿੰ ਇਹ ਕਈ ਹਜ਼ਾਰ ਸਾਲ ਪੁਰਾਣਾ ਹੈ ਮਾਫੀਆ ਇਦਾਂ ਹੀ ਚੱਲਦਾ ਰਿਹਾ ਪਰ ਅਸੀਂ ਇਹਨਾਂ ਕੋਲੋਂ ਇਸ ਕਰਕੇ ਉਮੀਦ ਕਰਦੇ ਸਾਂ ਕਿਉਂਕਿ ਇਹ ਬਦਲਾਵ ਦੇ ਨਾਲ ਆਤੀ ਹੈ ਇਹ ਪਾਰਟੀ ਗਰੀਬ ਕਰਨ ਦੇ ਲੋਕ ਆਇਆ ਇਹ ਲੋਕਾਂ ਪੰਜਾਬੀਆਂ ਦਾ ਦਰਦ ਸਮਝਣਗੇ ਤੇ ਇਸ ਬਿਮਾਰੀ ਤੋਂ ਨजात ਦਿਵਾਉਣਗੇ ਪਰ ਨਾ ਇਹਨਾਂ ਦਾ ਵੀ ਉਹੀ ਉਹੀ ਹਾਲਿਆ ਵੀ ਚਲੋ ਜੋ ਅੱਲਾ ਅੱਲਾ ਖੈਰ ਸਲਾ ਵੀ ਕਹੀ ਜਾਓ ਦਾਅਵੇ ਕਹਿੰਦੇ ਵੀ ਕਹਿੰਦੇ ਵੀ ਕੰਮ ਕਰੋ ਨਾ ਕਰੋ ਕੰਮ ਦਾ ਜ਼ਿਕਰ ਜ਼ਰੂਰ ਕਰੋ ਬਿਲਕੁਲ ਸਰ ਤੇ ਸਰ ਕੰਮ ਦੇ ਜ਼ਿਕਰ ਤੋਂ ਇੱਕ ਹੋਰ ਅਗਲੀ ਖਬਰ ਇਸ ਨਾਲ ਜੁੜੀ ਹੈ ਕਿ ਪੰਜਾਬ ਦੀ ਜਿਹੜੀਆਂ ਜ਼ਿਲ੍ਹਾ ਨੇ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਲੈਸ ਕੈਮਰਾਸ ਲਗਵਾਏ ਜਾ ਰਹੇ ਨੇ ਤੇ ਇਹਦੇ ਨਾਲ ਹੀ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਪੱਤਾ ਤੱਕ ਨਹੀਂ ਹਿੱਲੇਗਾ ਜਦੋਂ ਇਹ ਕੈਮਰਾਸ ਲੱਗ ਜਾਣਗੇ ਤੇ ਤੁਹਾਨੂੰ ਕੀ ਲੱਗਦਾ ਕਿ ਇੰਨਾ ਕੈਮਰਾਸ ਦੇ ਲੱਗਣ ਨਾਲ ਕੀ ਗੈਂਗਸਟਰਵਾਦ ਔਰ ਇਹ ਸਭ ਚੀਜ਼ਾਂ ਜੋ ਖਬਰਾਂ ਬਾਹਰ ਆ ਰਹੀਆਂ ਨੇ ਕਾਫੀ ਟਾਈਮ ਤੋਂ ਕੀ ਉਹਨਾਂ ਤੇ ਕੋਈ ਲਗਾਮ ਲੱਗੇਗੀ ਦੇਖੋ ਕੋਲਿੰਨ ਪਤਾ ਹਿੱਲੇ ਨਾਲੇ ਤੇ ਮੋਬਾਈਲ ਜਰੂਰ ਚੱਲਣਗੇ ਤੁਹਾਨੂੰ ਬਿਲਕੁਲ ਸਹੀ ਦੇਖੋ ਸਰਕਾਰਾਂ ਦੇ ਪ੍ਰੋਜੈਕਟ ਪਹਿਲੇ ਸੀ ਵੀ ਅਸੀਂ ਜੈਮਰ ਲਾਵਾਂਗੇ ਬੜੇ ਬੜੇ ਦਾਅਵੇ ਕੀਤੇ ਠੀਕ ਹੈ ਕੁਝ ਥਾਵਾਂ ਤੇ ਲਾਇ ਵੀ ਪਰ ਅੰਦਰੋਂ ਮੋਬਾਈਲ ਜੇਲਾਂ ਚ ਅੰਦਰੋਂ ਮੋਬਾਈਲ ਜੇਲਾਂ ਦੇ ਅੰਦਰੋਂ ਨੈਟਵਰਕ ਜਿਹੜਾ ਚੱਲਿਆ ਫਰੋਤੀਆਂ ਕਾਲ ਹੋ ਰਹੀਆਂ ਉਹ ਜਿਹੜਾ ਚੱਲਿਆ ਉਹ ਹਜੇ ਤੱਕ ਉਸ ਤਰ੍ਹਾਂ ਹੀ ਬਸ ਤੁਰ ਜਾਰੀ ਹੈ ਅਸੀਂ ਰੋਜ਼ ਤੁਸੀਂ ਖਬਰਾਂ ਪੜ੍ਹਦੇ ਹੋ ਵੀ ਕਿਸੇ ਜੇਲ੍ਹ ਚੋਂ 8 ਮੋਬਾਈਲ ਫੜੇ ਗਏ ਕਿਸੇ 13 ਫੜੇ ਗਏ ਕਿਸੇ 30 ਫੜੇ ਗਏ ਨਸ਼ਾ ਨਾਲ ਫੜਿਆ ਜਾ ਰਿਹਾ ਹੈ ਪੰਜਾਬ ਦੇ ਗਵਰਨਰ ਵੀ ਕਹਿ ਚੁੱਕੇ ਨੇ ਬਨਵਜ ਲਾਲ ਪ੍ਰੋਹਿਸਾ ਵੀ ਤੇ ਆਪਣੇ ਸਾਂਸਦ ਜਿਹੜੇ ਗੁਰਜੀਤ ਸਿੰਘ ਔਇਲਾ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਤੇ ਮਾਨ ਸਾਹਿਬ ਨੂੰ ਚੈਲੰਜ ਕਰਤਾ ਸੀ ਮਾਨ ਸਾਹਿਬ ਇੱਕ ਜੇਲ ਜਿਹੜੀ ਆ ਮੈਨੂੰ ਉਹ ਨਸ਼ਾ ਮੁਕਤ ਮੋਬਾਈਲ ਮੁਕਤ ਤੇ ਗੈਂਗਸਟਰ ਮੁਕਤ ਕਰਾ ਦਿਓ ਤੇ ਮੈਂ ਤੁਹਾਨੂੰ ਮੰਨ ਜੂਗਾ ਠੀਕ ਹੈ ਹੁਣ ਅੱਠ ਜ਼ਿਲ੍ਹਿਆਂ ਦੇ ਵਿੱਚ ਇਹ AI ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆ ਇਹਦੇ ਨਾਲ CCTV ਕੈਮਰੇ ਲੱਗ ਰਹੇ ਨੇ ਪਰ ਸਵਾਲ ਇਹ ਆ ਕਿ ਜਿੰਨਾ ਚਿਰ ਭ੍ਰਸ਼ਟ ਬੰਦੇ ਉੱਥੇ ਬੈਠੇ ਨੇ ਉਹਨਾਂ ਦਾ ਨੈਟਵਰਕ ਨਹੀਂ ਟੁੱਟੂਗਾ ਚਾਹੇ ਉਹ ਕਰਮਚਾਰੀ ਐ ਚਾਹੇ ਉਹ ਕੋ ਵੱਡਾ ਬੰਦਾ ਐ ਜਿਹੜੇ ਕਿ ਅੰਦਰ ਸਮਾਨ ਪਹੁੰਚਾਉਂਦੇ ਨੇ ਦੇਖੋ ਵਾਕਈ ਗੱਲ ਠੀ ਸਿਕਿਉਰਿਟੀ ਨਾ ਚਾਵੇ ਤੇ ਅੰਦਰ ਕੋਈ ਚੀਜ਼ ਨਹੀਂ ਜਾ ਸਕਦੀ ਮਾਰਚਸ ਦੀ ਟੀਲੀ ਤੱਕ ਨਹੀਂ ਜਾ ਸਕਦੀ ਪਰ ਅੰਦਰ ਮੋਬਾਈਲ ਜਾ ਰਹੇ ਨੇ ਸਭ ਕੁਝ ਜਾ ਰਿਹਾ ਹੈ ਹੁਣ ਵੇਖੋ ਇਹ ਇਹਦੇ ਚ ਕਿਹਾ ਯਾਰ ਵੀ ਕੋਈ ਬੰਦਾ ਬਾਹਰੋਂ ਜੇ ਕੋਈ ਸੁੱਟੇਗਾ ਨਾ ਉਹਦੀ ਰਿਕਾਰਡਿੰਗ ਵੀ ਹੋ ਜੇਗੀ ਅਲਾਰਮ ਵੱਜੇਗਾ ਤੇ 20 ਸਕਿੰਟ ਦੇ ਵਿੱਚ ਵਿੱਚ ਇੱਕ ਜਿਹੜਾ ਸੰਦੇਸ਼ ਹੈ ਨਾ ਉਹ ਸਾਰੇ ਅਫਸਰਾਂ ਤੱਕ ਪਹੁੰਚ ਜਾਊਗਾ ਤੇ 24 ਘੰਟੇ ਕੰਟਰੋਲ ਰੂਮ ਹੈ ਉਹਨੂੰ ਵੀ ਐਕਟਿਵ ਰੱਖਿਆ ਜਾਏਗਾ ਉਹ ਭਾਈ ਉਹਨੂੰ ਵੀ ਕੰਟਰੋਲ ਕਰਨ ਵਾਲ ਤੇ ਬੰਦੇ ਹੋਣਗੇ ਨਾ ਇਹ ਇਹ ਪ੍ਰੋਜੈਕਟ ਬਣਾਇਆ ਜੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਜੇਲ੍ਹ ਡਿਪਾਰਟਮੈਂਟ ਤੇ ਇੱਕ KPMG ਐਡਵਾਈਜ਼ਰੀ ਸਰਵਿਸਿਜ਼ ਹੈ 31 ਮਾਰਚ ਤੱਕ ਕਹਿੰਦੇ ਆ ਇਹ ਇੰਸਟਾਲ ਕਰਕੇ ਇਹਨੂੰ ਚਾਲੂ ਕਰਨਾ ਹੈ ਤੁਸੀਂ ਦੇਖੋ ਜਦੋਂ ਮੰਤਰੀ ਸ਼ਾਨ ਹਰਜੋਤ ਸਿੰਘ ਬੈਂਸ ਸਾਹਿਬ ਅੰਮ੍ਰਿਤਸਰ ਦੀ ਜੇਲ੍ਹ ਤੇ ਕਹਿੰਦੇ ਵੀ ਲੋਕੀ ਬਾਹਰੋਂ ਛੁੱਟ ਜਾਂਦੇ ਆ ਚਲੋ ਬਾਹਰੋਂ ਛੁੱਟਿਆ ਮੋਬਾਈਲ ਕਿਹ ਵਾਸਤੇ ਪਰ ਜੇਲ੍ਹ ਦੀ ਸਿਕਿਉਰਿਟੀ ਇੰਨੀ ਟਾਈਟ ਹੈ ਕੋਲਿੰ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਪਤਾ ਥੋੜੀ ਕਿਹੜਾ ਕਿਹੜੀ ਬੈਰਗ ਜਾਂ ਨਾਲੇ ਫਿਰ ਉਹ ਕਿਹੜਾ 올림픽 ਦੇ ਜਿਹੜਾ ਬੰਦਾ ਵੀ ਥ्रो ਕੀਤੀ ਤੇ ਸਿਰਫ ਉੱਥੇ ਹੀ ਜਾਣੀ ਚੀਜ਼ ਮਤਲਬ ਇਸ ਕਰਕੇ ਸਾਰੇ ਦਾਅਵੇ ਲੋਕਾਂ ਨੂੰ ਅਸੀਂ ਤੇ ਚਾਹੁੰਦੇ ਆ ਵੀ ਲੋਕਾਂ ਨੂੰ ਮaaf ਕਰੋ ਮaaf ਕਰੋ ਸਾਨੂੰ ਵੀ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ ਉਹ ਜਮੀਨੀ ਹਕੀਕਤ ਆ ਉਹ ਲੋਕ ਤੇ ਮਾਰੇ ਮਾਰੇ ਫਰੰਡੇ ਨੇ ਅੱਜ ਤੁਸੀਂ ਸ਼ਰਾਬ ਦੀ ਪਰਮਿਟ ਲੈਣਾ ਹੋਵੇ ਪਰਮਿਟ ਲੈ ਕੇ ਸਰਕਾਰ ਦਾ ਮਤਲਬ ਹੈ ਤੁਹਾਡੀ ਫੀਸ ਤੁਹਾਨੂੰ ਦਿੱਤੀ ਤੇ ਬੰਦਾ ਸ਼ਰਾਬ ਜਿੱਥੋਂ ਮਰਜੀ ਢੇਕੇ ਤੋਂ ਲਵੇ ਇੱਥਾਂ ਤੇ ਸਿੰਡੀਕੇਟ ਬਣਾਏ ਇਹਨਾਂ ਨੇ ਗੰਦ ਪਾ ਕੇ ਰੱਖਿਆ ਨਾ ਕੋਈ ਸਰਕਾਰ ਬੋਲਦੀ ਹੈ ਤੇ ਨਾ ਕੋਈ ਅਫਸਰ ਬੋਲਦੇ ਨੇ ਕੀ ਤੁਹਾਨੂੰ ਵਿਖਦਾ ਨਹੀਂ ਅਖਾਈਆਂ ਤੁਹਾਡੀਆਂ ਜੇ ਨਹੀਂ ਵੇਖਦਾ ਚਲੋ ਸਾਡੇ ਨਾਲ ਤੁਹਾਨੂੰ ਦੱਸਦੇ ਆ ਕਿ ਕੀ ਗੁੰਡਾਗਰਦੀ ਹੋਣ ਢਈ ਹੈ ਲੋਕ ਤੁਹਾਡੀ ਜਾਨ ਨੂੰ ਕਿਦਾਂ ਰੋਂਡੇ ਨੇ ਕਿਸੇ ਨੇ ਆਪਣੇ ਘਰ ਵਿਆਹ ਰੱਖਿਆ ਹੁੰਦਾ ਕੋਲੇ ਨੇ ਗੁੰਡਾਗਰਦੀ ਕਰਨ ਆ ਜਾਂਦੇ ਉੱਥੇ ਸ਼ਰਾਬ ਦੇ ਠੇਕੇ ਸਰਕਾਰੀ ਸ਼ਰਾਬ ਸਰਕਾਰੀ ਤੇ ਲਵੇ ਬੰਦਾ ਜਿੱਥੋਂ ਮਰਜੀ ਇਹ ਕੋਈ ਕੋਣ ਹੁੰਦਾ ਕਹਨ ਵਾਲਾ ਕਿਸੇ ਨੂੰ ਅਸੀਂ ਕਈ ਵਾਰੀ ਤੇ ਇਹ ਹੋਣ ਲਿਆ ਇਹ ਲੱਗਨ ਲੱਗ ਪੈਂਦਾ ਵੀ ਕੀ ਅਸੀਂ ਵਾਕਈ ਆਜ਼ਾਦ ਮੁਲਕ ਚ ਰਹਨੇ ਆ ਕਿ ਗੁਲਾਮ ਮੁਲਕ ਚ ਰਹਨੇ ਆ ਪੁਲਿਸ ਤੇ ਅਫਸਰ ਜਿਨ੍ਹਾਂ ਨੇ ਪ੍ਰੋਟੈਕਟ ਕਰਨਾ ਲੋਕਾਂ ਨੂੰ ਉਹ ਪ੍ਰੋਟੈਕਟ ਇਹਨਾਂ ਬਦਮਾਸ਼ਾਂ ਨੂੰ ਕਰਦੇ ਆ ਇਹਨਾਂ ਸਿੰਡੀਕੇਟ ਵਾਲਿਆਂ ਨੂੰ ਕਰਦੇ ਆ ਸਿਸਟਮ ਉਹੀ ਹੈ ਸਰਕਾਰ ਬਦਲੀ ਕੱਖ ਨਹੀਂ ਬਦਲਿਆ ਥੱਲੇ ਲੋਕੀ ਉਦਾ ਰੋਂਦੇ ਕਰ ਲਾਂਦੇ ਨੇ ਅਗੇ ਤੇ ਕਦੀ ਕਦੀ ਮਾਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਸੀ ਵੀ ਕੋਈ ਸਵਾਲ ਜਵਾਬ ਨਹੀਂ ਹੁਣ ਤੇ ਮਾਨ ਸਾਹਿਬ ਸਟੇਜ ਤੋਂ ਬੋਲਦੇ ਜਲਦੇ ਆ ਮੈਂ ਇੱਕ ਵਾਰੀ ਸਵਾਲ ਪੁੱਛਿਆ ਉਹਨਾਂ ਨੂੰ ਕੋਈ ਜਵਾਬ ਨਹੀਂ ਹੁਣ ਸਾਨੂੰ ਕਿਹਾ ਗਿਆ ਵੀ ਤੁਸੀਂ ਮਾਨ ਸਾਹਿਬ ਕੋਲ ਦੂਰੀ ਰੋ ਨਾ ਹੀ ਆਓ ਉਹਨਾਂ ਦੇ ਪ੍ਰੋਗਰਾਮ ਤੇ ਚੰਗੇ ਪਰ ਸਵਾਲ ਅੱਜ ਨਹੀਂ ਪੁੱਛਾਂਗੇ ਕਿ ਜਦੋਂ ਤੁਸੀਂ ਵੋਟਾਂ ਮੰਗਣ ਆਓਗੇ ਸਾਡੇ ਕੋਲੋਂ ਤੁਹਾਨੂੰ ਉਦੋਂ ਪੁੱਛਾਂਗੇ ਇਸ ਕਰਕੇ ਸਚਾਈ ਤੋਂ ਸਾਡੀ ਬੇਨਤੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਮਾਨ ਸਾਹਿਬ ਨੂੰ ਵੀ ਤੇ ਪੂਰੀ ਕੈਬਨਿਟ ਨੂੰ ਵੀ ਵੀ ਤੁਸੀਂ ਜਿਹੜਾ ਹੈ ਕਿ ਜਮਿਨੀ ਹਕੀਕਤ ਤੇ ਉਤਰੋ ਉਡਣ ਖਟੋਲਿਆਂ ਜਿਨਾ ਭਜੇ ਫਿਰੋ ਹੁਣ ਤੁਹਾਡੇ ਕਿਸੇ ਮੰਤਰੀ ਦਾ ਕਿਤੇ ਵਿਆਹ ਹੁੰਦਾ ਜੇ ਉਥੇ ਰਿਸੈਪਸ਼ਨ ਚੱਲਦੀ ਹੈ ਜਾਂ ਕੋਈ ਉਥੇ ਦੇਖੋ ਅੱਜ ਕੱਲ ਤਾਂ ਫੈਸ਼ਨ ਹੋ ਗਿਆ ਸ਼ਰਾਬ ਤੁਸੀਂ ਪਰਮਿਟ ਘਟਾਉਂਦੇ ਹੋ ਤੁਹਾਨੂੰ ਜਿੱਥੇ ਮਰਜ਼ੀ ਸ਼ਰਾਬ ਲੈ ਤੁਹਾਨੂੰ ਮਜਬੂਰ ਕੀਤਾ ਜਾਂਦਾ ਜੇ ਤੁਹਾਨੂੰ ਮਜਬੂਰ ਨਹੀਂ ਕੀਤਾ ਜਾਂਦਾ ਤੁਹਾਡੇ ਉਥੇ ਕੋਈ ਬੰਦਾ ਆ ਕੇ ਚੈਕਿੰਗ ਨਹੀਂ ਕਰਦਾ ਤੇ ਆਮ ਬੰਦੇ ਨੂੰ ਕਿਉਂ ਤੁਸੀਂ ਪਰੇਸ਼ਾਨ ਕੀਤਾ ਹੈ ਇਸ ਕਰਕੇ ਮਾਨ ਸਾਹਿਬ ਬੇਨਤੀ ਹੈ ਜਮਿਨੀ ਹਕੀਕਤ ਤੇ ਆਓ ਉਤੋਂ ਉਤੋਂ ਵਾਈ ਵਾਈ ਗੱਲਾਂ ਕਰਕੇ ਨਹੀਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਇਸ ਕੋਈ ਸ਼ੱਕ ਨਹੀਂ ਹੈ ਵਿਜੀਲੈਂਸ ਚੰਗਾ ਕੰਮ ਕਰ ਰਹੀ ਹੈ ਪਰ ਜਿਹੜਾ ਗੰਦ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਪਿਆ ਭਾਵੇਂ ਉਹ ਡੀਟੀਓ ਹੋਵੇ ਆਫੀਸਰ ਭਾਵੇਂ ਉਹ ਤਹਿਸੀਲਾਂ ਦੇ ਵਿੱਚ ਕੰਮ ਕਰਨਾ ਹੋਵੇ ਕੋਈ ਫਰਕ ਨਹੀਂ ਹੈ ਜੋ ਮਰਜ਼ੀ ਕਰ ਲੋ ਭ੍ਰਸ਼ਟ ਜਿਹੜੇ ਅਫਸਰ ਨੇ ਨਾ ਇਹਨਾਂ ਤੇ ਜਿੰਨਾ ਚਿਰ ਨਕੇਲ ਨਹੀਂ ਪਾਓਗੇ ਲੋਕਾਂ ਨੂੰ ਤੇ ਹੁਣ ਮਾਨਸਾ ਕੋਈ ਨਤੀਜਾ ਚਾਹੀਦਾ ਹੈ ਕੰਸਟਰਕਟਿਵ ਹੱਲ ਚਾਹੁੰਦੇ ਲੋਕ ਲੋਕ ਤੰਗ ਆ ਗਏ ਗੱਲਾਂ ਸੁਣ ਸੁਣ ਕੇ ਸਾਡੀ ਇਸ ਕਰਕੇ ਬੇਨਤੀ ਹੈ ਤੁਹਾਨੂੰ ਬਦਲਾਵ ਦੇ ਨਾਂ ਤੇ ਲੋਕਾਂ ਨੇ ਚੁਣਿਆ ਸੀਗਾ ਤੁਹਾਨੂੰ 92 ਵੋਟਾਂ ਸੀਟਾਂ ਲੋਕਾਂ ਨੇ ਜਿੱਤ ਆਇਆ ਇਸ ਕਰਕੇ ਪੰਜਾਬ ਨੂੰ ਵਾਕੇ ਰੰਗਲਾ ਪੰਜਾਬ ਬਣਾਉਣ ਵਾਲ ਵਾਸਤੇ ਆਓ ਬਦਲਾਵ ਲੋਕਾਂ ਨੂੰ ਵਿਖਣਾ ਚਾਹੀਦਾ ਲੋਕ ਅਜ ਵੀ ਧੱਕੇ ਖਾਂਦੇ ਪੈਸੇ ਤਾਂ ਬਣਾ ਕੰਮ ਕਿਹੇ ਦਫਤਰ ਚ ਨਹੀਂ ਹੁੰਦਾ ਰੇਟ ਤੀਨੇ ਤੀਨੇ ਹੋ ਗਏ ਬਿਲਕੁਲ ਸਰ ਤੇ ਸਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਲਗਾਤਾਰ ਤੀਸਰੀ ਵਾਰੀ ਜੁਨੇ ਕੀ ਪ੍ਰਧਾਨ ਬਣੇ ਨੇ ਐਸਜੀਪੀਸੀ ਦੇ ਦੇਖੋ ਜੀ ਸਾਡੇ ਵੱਲੋਂ ਧਾਮੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਉਹ ਅੱਜ ਤੀਸਰੀ ਵਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਗਏ ਜਨਰਲ اجلاس ਦੇ ਵਿੱਚ 137 ਮੈਂਬਰਾਂ ਨੇ ਜਿਹੜੀਆਂ ਵੋਟਾਂ ਪਾਈਆਂ ਸੀ ਧਾਮੀ ਸਾਹਿਬ ਨੂੰ ਜਿਹੜੀਆਂ 118 ਪਈਆਂ ਜਦੋਂ ਉਹਨਾਂ ਦੇ ਸਾਹਮਣੇ ਖਲੋਤੇ ਸਨ ਸੰਤ ਬਲਬੀਰ ਸਿੰਘ ਕੁੰਸ ਉਹਨਾਂ ਨੂੰ ਸਿਰਫ 17 ਵੋਟਾਂ ਪਈਆਂ ਤੇ ਇਹਨਾਂ ਨੂੰ ਸਮਰਥਨ ਪ੍ਰਾਪਤ ਅਸੀ ਸ਼੍ਰੋਮਣੀ ਕਾਲੀ ਦਲ ਦਾ ਦੂਜੇ ਪਾਸੇ ਜਿਹੜੇ ਸੀਗੇ ਉਹਨਾਂ ਨੂੰ ਸੁਖਦੇਵ ਸਿੰਘ ਢੀਟਾ ਸਾਹਿਬ ਤੇ ਬੀਬੀ ਜਗੀਰ ਕੌਰ ਇਹਨਾਂ ਦਾ ਪੰਤਕ 13 ਦਾ ਇਹਨਾਂ ਨੂੰ ਜਿਹੜਾ ਸੰਤ ਬਲਬੀਰ ਸਿੰਘ ਕੁੰਸ ਇਹ ਉਮੀਦਵਾਰ ਲਾਨੇ ਗਏ ਸਨ ਪਰ ਤੁਸੀਂ ਦੇਖੋ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀਆਂ ਜੜੀਆਂ ਜੜਾ ਨਾ ਉਹ ਪਿੰਡਾਂ 'ਚ ਮਜ਼ਬੂਤ ਹੈ ਕੋਲੇ ਬਿਲਕੁਲ ਸਰ ਤੁਸੀਂ ਦੇਖੋ ਭਾਵੇਂ ਇਹਨਾਂ ਦੀਆਂ ਸ਼ੀਟਾਂ ਤਿੰਨ ਰਹਿ ਗਈਆਂ ਐਮਐਲਏ ਇਹਨਾਂ ਦੀਆਂ ਗਲਤੀਆਂ ਸੁਖਵੀਰ ਬਾਦਲ ਕਹਿ ਚੁੱਕੇ ਨੇ ਵੀ ਹੋ ਸਕਦਾ ਮੈਂ ਗਲਤੀਆਂ ਕੀਤੀਆਂ ਹੋਣ ਪਰ ਗਲਤੀਆਂ ਨੂੰ ਸੁਧਾਰੋ ਦੋ ਹੀ ਐਮਪੀ ਨੇ ਇਹਨਾਂ ਦੇ ਵੀ ਤੁਸੀਂ ਲੋਕਾਂ ਦੀ ਗੱਲ ਕਰੋ ਪੰਜਾਬ ਨੂੰ ਕਿਵੇਂ ਉਭਾਰਨਾ ਹੈ ਠੀਕ ਹੈ ਜਿਹੜੇ ਕਾਰੋਬਾਰ ਤੁਸੀਂ ਚਲਾਏ ਆ ਉਹ ਚਲਾਈ ਜਾਓ ਅੱਗੋਂ ਹੀ ਅੱਗੋਂ ਹੀ ਸਰਕਾਰ ਲੋਕਾਂ ਦਾ ਵਿਸ਼ਵਾਸ ਜਿਹੜਾ ਬਹਾਲ ਕਰਨਾ ਉਹ ਬੜਾ ਇੰਪੋਰਟੈਂਟ ਹੈ ਕੋਲੋਂ ਜਦੋਂ ਇੱਕ ਵਾਰੀ ਵਿਸ਼ਵਾਸ ਘਾਟ ਹੁੰਦਾ ਨਾ ਲੋਕਾਂ ਨਾਲ ਤੇ ਲੋਕ ਵਿਸ਼ਵਾਸ ਕਰਨਾ ਬੰਦ ਕਰ ਦੇਣਾ ਫਿਰ ਤੇ ਫੇਰ ਰੱਬ ਹੀ ਰਾਖਾ ਹੈ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ ਤੁਸੀਂ ਸੋਨੇ ਦੇ ਵੀ ਬਣ ਜਾਓ ਨਾ ਤੇ ਲੋਕਾਂ ਘਣਾ ਦੇ ਚਾਂਤਾਂਬਾ ਮਿਕਸ ਕੀਤਾ ਹੋਣਾ ਇਹ ਤਾਂਬਾ ਵੇਚੀ ਜਾਂਦਾ ਜਾਂ ਪਿੱਤਲ ਵੇਚੀ ਜਾਂਦਾ ਚਲੋ ਸਾਡੀ ਧਾਮੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਰ 에어 ਪੋਲਿਊਸ਼ਨ ਤੇ ਐਨਜੀਟੀ ਨੇ ਨੋਟਿਸ ਭੇਜਿਆ ਹੈ 17 ਜਨੂ ਦੇਖੋ ਕਲਿੰਨ ਕੱਲ ਅਸੀਂ ਗੱਲ ਕੀਤੀ ਸੀ ਮਾਨਯੋਗ ਸੁਪਰੀਮ ਕੋਰਟ ਦੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਚੁੱਪ ਨਹੀਂ ਬਹਿ ਸਕਦੇ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਪਰਾਲੀ ਸੜਨ ਦੀ ਹੈ ਪੋਲਿਊਸ਼ਨ ਇਹਨਾਂ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਤੇ ਮੇਰੇ ਕੁਝ ਰਿਸ਼ਤੇਦਾਰ ਵੀ ਨੇ ਕਲਿੰਨ ਉੱਥੇ ਉਹ ਦੱਸਦੇ ਆਂ ਵੀ ਅਸੀਂ ਘਰੋਂ ਬਾਹਰ ਨਹੀਂ ਨਿਕਲ ਪਾ ਰਹੇ ਤੇ ਇੰਨੇ ਹਾਲਾਤ ਖਰਾਬ ਨੇ ਹੁਣ NGT ਨੇ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਇਹਨਾਂ ਨੂੰ 2 ਦਿਨ ਵਾਸਤੇ ਜਿਹੜੀ ਹੈ ਸਮਾਂ ਦਿੱਤਾ ਤੇ ਜਵਾਬ ਕੋ ਕੇਂਦਰ ਵਿੱਚ ਦਾਖਲ ਕਰੋ ਕਿਉਂਕਿ ਪ੍ਰਾਲੀ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਤੇ ਜਿਹੜੇ NGT ਨੇ ਪੰਜਾਬ ਦੇ ਜਿਹੜੇ ਹੈਗੇ ਨੇ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਤੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਹੈਗੇ ਨੇ ਸੈਕਪੀ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਅੱਜ ਇਸ ਮਾਮਲੇ ਦੀ ਸੁਣਵਾਈ ਹੋਈ ਹੈ ਤੇ ਕੋਰਟ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਵੀ ਕਈਆਂ ਸਟੇਟਾਂ ਨੂੰ ਨੋਟਿਸ ਜਾਰੀ ਕਰਕੇ 10 ਨਵੰਬਰ ਤੱਕ ਜਿਹੜਾ ਜਵਾਬ ਉਹਨਾਂ ਕੋਲ ਮੰਗ ਲਿਆ ਹੁਣ ਰਿਪੋਰਟ ਜਿਹੜੀ ਐਨਜੀਟੀ ਵੱਲੋਂ ਪੇਸ਼ ਕੀਤੀ ਗਈ ਨੇ ਉਹ ਚ ਇਹ ਕਿਹਾ ਗਿਆ ਸਰਦੀਆਂ ਦੇ ਵਿੱਚ ਪੰਜਾਬ 'ਚ ਪਰਾਲੀ ਸਾੜਨ ਦੇ ਨਾਲ ਦਿੱਲੀ ਤੇ ਇਹਦੇ ਆਲੇ-ਦੁਆਲੇ ਜਿਹੜਾ ਨਾ ਪੋਲੂਸ਼ਨ ਬਹੁਤ ਵੱਧ ਜਾਂਦਾ ਤੇ 75 ਦਿਨਾਂ ਤੱਕ ਕਰੀਬ-ਕਰੀਬ ਪਰਾਲੀ ਜਲਾਣ ਦਾ ਜਿਹੜਾ ਸਾੜਨ ਦਾ ਸਿਸਟਮ ਜਿਹੜਾ ਚੱਲਦਾ ਰਹਿੰਦਾ 15 ਸਤੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਹੜੀ ਹੈ ਨਾ ਕਹਿੰਦੇ ਵੀ ਇਹ ਪਰਾਲੀ ਸਾੜਦੀ ਰਹਿੰਦੀ ਹੈ ਜੋ ਮਰਜ਼ੀ ਕਰ ਲੋ ਵੇਖੋ ਐਜੂਕੇਟ ਵਿਸ਼ਾਨ ਨੂੰ ਕੀਤਾ ਜਾਂਦਾ ਹੈ ਵੇਖੋ ਪਰ ਇਹ ਹੱਲ ਨਹੀਂ ਹੈ ਤੁਸੀਂ ਕਿਸਾਨਾਂ ਤੇ ਪਰਚੇ ਕਰਨੇ ਸ਼ੁਰੂ ਕਰਤੇ ਦੇਖੋ ਨਾ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਡਰਾਉਣੇ ਦਿੱਤੇ ਜਾ ਰਹੇ ਕਈ ਥਾਵਾਂ ਤੇ ਪਰਚੇ ਵੀ ਦਰਜ ਹੋਏ ਨੇ ਉਹ ਦੂਜੇ ਪਾਸੇ ਕਿਸਾਨਾਂ ਦਾ ਇਹ ਕਹਿਣਾ ਵੀ ਕੀ ਕੱਲੇ ਕਿਸਾਨ ਹੀ ਜ਼ਿੰਮੇਦਾਰ ਨੇ ਪਰਾਲੀ ਦਾ ਧੂਆਂ ਤੁਹਾਨੂੰ ਵੇਖਦਾ ਜਿਹੜਾ ਇੰਡਸਟਰੀ ਪੋਲੂਸ਼ਨ ਕਰਦੀ ਹੈ ਜਿਹੜੇ ਗੱਡੀਆਂ ਚ ਤੇਲ ਪਾਪ ਆ ਜਿਹੜੇ 3 ਵੀਲਰ ਜਾਂ ਦੂਜੀਆਂ ਗੱਡੀਆਂ ਚ ਚੱਲਦੀਆਂ ਉਹ ਧੂਆਂ ਸੜਕਾਂ ਤੇ ਕਰਦੇ ਨੇ ਲੋਕਾਂ ਨੂੰ ਬਿਮਾਰੀਆਂ ਵੰਡ ਰਹੇ ਨੇ ਤੁਹਾਡਾ ਉਧਰ ਧਿਆਨ ਨਹੀਂ ਹੈ ਪਰ ਜੋ ਮਰਜੀ ਇਹ ਕੌਲ ਨੇ ਸਾਡਾ ਤੇ ਇਹ ਮੰਨਣਾ ਵੀ ਇਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਦੇਖੋ ਜਿਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਅਮੋ ਸਾਹਮਣੇ ਨੇ ਹੁ ਪਤਾ ਨਹੀਂ ਝੂਠ ਕੌਣ ਬੋਲਦਾ ਸੱਚ ਕੌਣ ਬੋਲਦਾ ਇਹ ਬਲਵਿੰਦਰ ਸਿੰਘ ਸingh ਕਾਂਗ ਸਰਬ ਨੇ ਉਹ ਕਹਿੰਦੇ ਵੀ ਮਾਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਇਕ ਲੱਖ 40 ਹਜ਼ਾਰ ਮਸ਼ੀਨਾਂ ਤੇ ਸਬਸਿਡੀ ਦਿੱਤੀ ਹੈ ਤੇ ਦੂਜੇ ਪਾਸੇ ਜਿਹੜੇ ਸਾਫਾ ਕੈਬਨਿਟ ਮਿਨਿਸਟਰ ਨੇ ਤੇ ਐਮਐਲਏ ਨੇ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਵੀ ਇਹ ਆਮ ਆਦਮੀ ਜਿਹੜਾ ਆਂਕੜਾ ਜਾਰੀ ਕਰ ਰਹੀ ਹੈ ਨਾ ਇਹ ਕਾਂਗਰਸ ਸਰਕਾਰ ਵਾਲੇ ਦਾ ਇਹ ਅਸੀਂ ਉਦੋਂ ਮਸ਼ੀਨਾਂ ਦਿੱਤੀਆਂ ਸੀ ਤੇ ਕਿਸੇ ਨੇ ਕੁਝ ਨਹੀਂ ਕੀਤਾ ਮਲਵਿੰਦਰ ਸਿੰਘ ਕਾਂਗਪਾਪ ਇਹ ਟਵੀਟ ਕਰਦੇ ਨੇ ਤੇ ਕਹਿੰਦੇ ਨੇ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਹੈ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਟਿੱਪਣੀ ਤੇ ਸਪਸ਼ਟ ਕਰ ਦਿੱਤਾ ਕਿ ਪ੍ਰਦੂਸ਼ਨ ਲਈ ਇਕੱਲਾ ਪੰਜਾਬ ਜ਼ਿੰਮੇਵਾਰ ਨਹੀਂ ਹੈ ਇਹ ਉਹਨਾਂ ਨੇ ਆਖਿਆ ਫਿਰ ਉਹਨਾਂ ਇਹ ਵੀ ਆਖਿਆ ਕਿ ਮਾਨ ਸਰਕਾਰ ਵੱਲੋਂ ਪਰਾਲੀ ਨੂੰ ਠਕਾਣੇ ਲਾਉਣ ਵਾਸਤੇ 1 ਲੱਖ 40 ਹਜ਼ਾਰ ਮਸ਼ੀਨਾਂ ਜਿਹੜੀਆਂ ਉਹ ਸਬਸਿਡੀ ਦੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਪਰ ਤੇ ਇਹ ਵੀ ਕਹਿੰਦੇ ਵੀ ਘਟਨਾਵਾਂ ਤੇ ਕਮੀ ਵੀ ਆਈ ਪਰਾਲੀਆਂ ਨੂੰ ਜਿਹੜੀ ਅੱਗ ਲਾਉਂਦੇ ਨਾ ਕਿਸਾਨ ਉਹਦੇ ਵਿੱਚ ਕਮੀ ਆਈ ਤੇ ਇਸ ਤੋਂ ਬਾਅਦ ਜਿਹੜੇ ਹੈ ਕਾਂਗਰਸੀ ਪ੍ਰੋਜੈਕਟ ਸਿੰਘ ਉਹਨਾਂ ਨੇ ਵੀ ਆਖਿਆ ਉਹ ਕਹਿੰਦੇ ਵੀ ਤੁਸੀਂ ਤੇ ਪਰਚੇ ਕਰਦਾਂ ਸ਼ੁਰੂ ਕਰਤੇ ਕਿਸਾਨਾਂ ਤੇ ਹੁਣ ਸਵਾਲ ਕੌਲਜ ਸਭ ਤੋਂ ਵੱਡਾ ਹੈ ਕਿ ਵਾਕਈ ਸੱਚ ਹੈ ਕਿ ਸਾਹ ਲੈਣਾ ਔਖਾ ਹੋ ਗਿਆ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਾਰੀ ਪਾਰਟੀਆਂ ਨੂੰ ਮਿਠ ਕੇ ਆਪਸ ਦੇ ਵਿੱਚ ਬਹਿ ਕੇ ਇਸ ਪ੍ਰਾਲੀ ਦਾ ਹੱਲ ਕਰਨਾ ਚਾਹੀਦਾ ਪ੍ਰਗਰਸ਼ਕ ਹੁਣਾਂ ਤੇ ਇਥੋਂ ਤੱਕ ਵੀ ਕਹੇ ਵੀ ਤੁਸੀਂ ਚੋਣਾਂ ਤੋਂ ਪਹਿਲਾਂ ਤੇ ਕਹਿੰਦੇ ਸੀ ਪ੍ਰਾਲੀ ਹੱਲ ਲਈ ਹੀ 500 ਪਰ ਏਕੜ ਕਿਸਾਨ ਨੂੰ ਦਿਆਂਗੇ ਪਰ ਤੁਸੀਂ ਇੱਥੋਂ ਭੱਜ ਰਹੇ ਹੋ ਕੀ ਤੁਸੀਂ ਇਹ ਪੈਸੇ ਦਿੱਤੇ ਹੁਣ ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਹੋਰ ਵੀ بڑے ਉਪਰਾਲੇ ਕਰ ਰਹੇ ਹਾਂ ਉਪਰਾਲੇ ਤੇ ਕਹਿੰਦੇ ਤੁਹਾਡੇ ਵੇਖ ਹੀ ਰਹੇ ਨੇ ਵੀ ਤੁਸੀਂ ਕੀ ਕਰ ਰਹੇ ਹੋ ਸਵਾਲ ਫਿਰ ਉਹ ਆ ਜਾਂਦਾ ਕੋਲ ਇਹ ਲੋਕ ਮਰ ਰਹੇ ਆ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਬੱਚੇ ਦੇਖੋ ਸਾਹ ਲੈਣਾ ਤੇ ਸਭ ਦਾ ਅਧਿਕਾਰ ਹੈ ਨਾ ਜੀ ਪਰ ਸਿਆਸਤ ਹੁੰਦੀ ਹੈ ਇਹਦੇ ਤੇ ਹੁਣ ਤੁਸੀਂ ਦੇਖੋ ਵੀ ਪਰਾਲੀ ਤੋਂ ਕੋਈ ਐਸੀ ਚੀਜ਼ ਨਹੀਂ ਬਣਾਈ ਜਾ ਸਕਦੀ ਕਿ ਜਿਹਦੇ ਨਾਲ ਕੋਈ ਵੇਸਟ ਮਟੀਰੀਅਲ ਹੀ ਤਿਆਰ ਕਰ ਲਿਆ ਜਾਵੇ ਅੱਜ ਪਿੱਛੇ ਤੁਹਾਨੂੰ ਇਹ ਵੀ ਯਾਦ ਹੋਣਾ ਵੀ ਥਰਮੋਕੋਲ ਪਤਲਾ ਚੱਲਦੀ ਹੁੰਦੀ ਸੀ ਇੱਕ ਵਾਰੀ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਮਟੀਰੀਅਲ ਬਣਾਉਣਾ ਸ਼ੁਰੂ ਕਰ ਦਿਓ ਜਿਹਦੇ ਨਾਲ ਕਿਸਾਨ ਦਾ ਦੀ ਆਮਦਨ ਵੀ ਵਧੇ ਉਹਦਾ ਖਰਚਾ ਨਾ ਹੋਵੇ ਤੇ ਉਹਨੂੰ ਪਰਾਲੀ ਨੂੰ ਸਾੜਨਾ ਨਾ ਪਵੇ ਪਰਾਲੀ ਸਾੜਨ ਦੇ ਤਾਂ ਨੁਕਸਾਨ ਕਿੰਨੇ ਹੋ ਰਹੇ ਕੋਲ ਨਹੀਂ ਸਾਡੀ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹ ਘੱਟ ਹੋ ਰਹੀ ਹੈ। ਲਗਾਤਾਰ ਬੰਜਰ ਹੋਈ ਜਾ ਰਹੀ ਹੈ ਜ਼ਮੀਨ। ਲਗਾਤਾਰ ਜਿਹੜੇ ਸਾਡੇ ਮਿੱਤਰ ਕੀੜੇ ਨੇ ਉਹ ਕੀੜੇ ਮਰ ਰਹੇ ਨੇ ਜ਼ਮੀਨ ਉੱਤੇ ਖੇਤਾ ਚੋਂ। ਤੇ ਧੂਏ ਨਾਲ ਲੋਕ ਮਰਨ ਲੱਪੇ ਨੇ, ਦਮ ਘੁੱਟ ਰਿਆ ਲੋਕਾਂ ਦਾ ਇਸ ਕਰਕੇ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਜ਼ਰੂਰ ਕੱਢਿਆ ਜਾਣਾ ਚਾਹੀਦਾ। ਕੋਲੀ ਮੈਂ ਸਮਝਦਾ ਸਮਾ ਹੋ ਗਿਆ ਅਸੀਂ ਆਜ਼ਾਦ ਅਲੀ ਆਪਣੇ ਦਰਸ਼ਕਾਂ ਕੋਲ। ਚਲੋ ਤੁਹਾਨੂੰ ਸਾਡਾ ਜੇ ਪ੍ਰੋਗਰਾਮ ਚੰਗਾ ਲੱਗਦਾ ਹੈ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ।